ਹਾਂਜੀ ਫਰਮਾਓ। ਕੀ ਫਰਮਾਵਾਂ? ਵਿਹਲੇ ਮੈਂ ਵਿਹਲੀ ਆ, ਤੂੰ ਤੇ ਕੰਮ ਵਾਲਾ। 13-14 ਹਜ਼ਾਰ ਚ ਪੈਂਦਾ ਵਾ, ਠੀਕ ਆ। ਤੈਨੂੰ ਬੁਲਾਇਆ ਵਾ ਜੇ ਇਹਦੇ ਤੇ ਤੂੰ ਨਾ ਅੰਜਲੀ ਏਦਾਂ ਕਰਿਆ ਕਰ ਤੂੰ ਵਿੱਚ। ਹਾਂਜੀ ਗਾਇਜ਼, ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ 'ਤੇ। ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ। ਸੋ ਗਾਇਜ਼, ਆਪਾਂ ਗੱਲ ਕਰਦੇ ਹਾਂ ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਦੀ। ਸੋ ਗਾਇਜ਼, ਜਿੱਦਾਂ ਕਿ ਤੁਹਾਨੂੰ ਪਤਾ ਹੋਣਾ, ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ 'ਤੇ। ਸੋ ਗਾਇਜ਼, ਜਿੱਦਾਂ ਕਿ ਉਹਨਾਂ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ 'ਤੇ। ਸੋ ਗਾਇਜ਼, ਆਓ ਤੁਹਾਨੂੰ ਦਿਖਾਉਂਦੇ ਹਾਂ ਸਟੋਰੀ। ਗਾਇਜ਼, ਵੀਡੀਓ ਨੂੰ ਐਡ ਤੱਕ ਜ਼ਰੂਰ ਦੇਖਿਓ। ਆਮੜਾ ਦੱਸੀ, ਇਹ ਇੱਕ ਤਾਂ ਬਈ ਮੋਟਰ ਆਪਣੇ ਪੰਪ ਦੇ ਰੰਗ ਨਾਲ ਦੀ ਆ, ਠੀਕ ਆ। ਨਹੀਂ, ਸਾਰਾ ਅਸੈਂਬਲ ਕਰਨ ਵਾਲਾ ਸਿਸਟਮ। ਇਹ 13-14 ਹਜ਼ਾਰ 'ਚ ਪੈਂਦਾ ਜੀ ਬਈ। 13-14 ਹਜ਼ਾਰ 'ਚ ਪੈਂਦਾ ਵਾ, ਠੀਕ ਆ। ਤੈਨੂੰ ਬੁਲਾਇਆ ਵਾ ਜੇ ਇਹਦੇ ਤੇ ਮੋਟਰ। ਤੂੰ ਨਾ ਅੰਜਲੀ ਏਦਾਂ ਕਰਿਆ ਕਰ ਤੂੰ ਵਿੱਚੇ। ਜੇ ਦੋ ਸਿਆਣੇ ਬੰਦੇ ਗੱਲ ਕਰਦੇ, ਤੇਰਾ ਕੀ ਮਤਲਬ ਆ? ਜੇ ਫੂ ਫੂ ਕੀਤੀ ਨਾ ਵੇਖੀ ਫਿਰ, ਠੀਕ ਆ। ਹਾਂਜੀ, ਵੀ ਆਪਣੇ ਆ ਤਿੰਨੇ ਬੂਟ ਆ, ਆ ਇਹ ਨਾ ਗੰਦੇ ਹੋਏ ਪਏ ਬਾਹਰ, ਚਿੱਟੇ ਬੂਟਾਂ ਦਾ ਆ ਹੀ ਸਿਆਪਾ ਖੰਡਾ, ਗੰਦੇ ਬਹੁਤ ਛੇਤੀ ਹੁੰਦੇ ਆ ਵੇ। ਇਹਨਾਂ ਨੂੰ ਅੱਜ ਤੁਹਾਨੂੰ ਬੜਾ ਸੌਖਾ ਤਰੀਕਾ ਮੈਂ ਇੱਕ ਲੱਭਿਆ, ਅਤੇ ਉਹਦੇ ਨਾਲ ਤੁਹਾਨੂੰ ਸਾਫ਼ ਕਰਕੇ ਵਿਖਾਉਣਾ, ਵੇਖ ਹੀ ਚੱਲਿਓ। ਕਹਿੰਦੇ ਸੀ ਬਾਂਦਰਾ ਹੱਥ ਚੜੇਲ ਆ ਗਈ, ਉਹਨਾਂ ਨੇ ਚੁੰਮ ਚੁੰਮ ਮਾਰਤੀ ਜਾਂ ਮੋਟਿਓ ਨਹੀਂ। ਵੇਖੋ ਜੀ, ਲਾਓ ਜੀ, ਭਰਾਵਾ ਬੱਸ ਕਰ ਸਾਡੀ ਆ, ਸਾਰੀ ਲਾਈਨ ਪਈ ਹੋਈ ਆ ਨਵਾਉਣ ਵਾਲੀ। ਕਿਉਂ ਠੀਕ ਆ? ਓਕੇ ਰਿਪੋਰਟਾਂ ਉਧਰ ਆਣ ਕੇ ਇਧਰ ਬੈਠੀ ਰਹੀ ਹੈ, ਸੱਟ ਲਵਾਉਣੀ ਕਿਤੇ ਤੂੰ ਮੱਝਾਂ 'ਚ ਫੇਰ ਆਣ ਕੇ ਬਈ। ਉਹ ਗਾਂ ਚਲਾ ਗਿਆ, ਉਹ ਕਿੱਧਰ ਚਲਾ ਗਿਆ? ਤੂੰ ਨੇ ਮੂੰਹ ਪੜੋ ਤੜਵਾ ਲੈਣਾ ਵਾ। ਹਾਂਜੀ ਫਰਮਾਓ। ਕੀ ਫਰਮਾਵਾਂ? ਵਿਹਲੇ ਮੈਂ ਵਿਹਲੀ ਆ, ਤੂੰ ਤੇ ਕੰਮ ਵਾਲਾ ਹੈਗਾ। ਮੈਨੂੰ ਤੇ ਕੰਮ ਕਰੀਦਾ। ਇਹ ਬਹੁਤ ਜੈਲਸੀ ਕਰਦੀ ਮੇਰੇ ਤੋਂ, ਜਿੰਨਾ ਮਰਜ਼ੀ ਦੁੱਧ ਹੋਵੇ, ਪਰ ਮੈਂ ਇਹਨੂੰ ਹੱਥ ਲਾਦਾ ਐਂ ਭੁੜਕਦੀ ਆ ਜਿੱਦਾਂ ਮੈਂ ਇਹਦੇ 'ਤੇ ਬੰਬ ਸੱਟਿਆ ਹੁੰਦਾ ਵਾ। ਬਹੁਤ ਹੀ ਜੈਲਸੀ ਇਹਦੇ ਪ੍ਰਤੀ ਮੇਰੇ ਲਈ। ਆਪਾਂ ਤੇ ਪ੍ਰਮੋਸ਼ਨ ਕਰਨ ਚੱਲੇ ਸੀ, ਮੱਕੀ ਦਾ ਆਰਡਰ ਆ ਗਿਆ। ਹੁਣ ਪਹਿਲਾਂ ਮੱਕੀ ਵਾਲੀ ਮਸ਼ੀਨ ਚਲਾ ਕੇ ਫਿਰ ਜਾਵਾਂਗੇ ਗਾਂ ਨੂੰ। ਚੱਲ ਲਿਫਟ ਚੱਕ ਦੇ, ਤੂੰ ਨਹੀਂ ਚਲਾ ਸਕਦਾ। ਪੱਟੂ ਤਿਆਰ ਹੋ ਗਿਆ, ਇਹੀ ਦੋਵੇਂ ਜਣੇ ਲੱਗੇ ਹੁਣ ਮੱਕੀ ਬੀਜਣ। ਤੂੰ ਗਾਣਾ ਭੇਜ ਦੇ ਵੇਲੇ ਨਾ। ਰਾਹ ਜਾਂਦੇ ਬਾਈ ਦਾ ਫੋਨ ਆ ਗਿਆ, ਕਹਿੰਦਾ ਮੱਕੀ ਬੀਜੋ। ਕਹਿੰਦੇ ਨਾ, ਮੱਕੀ ਬੀਜਣੀ ਪਹਿਲਾਂ, ਬਾਕੀ ਕੰਮ ਬਾਅਦ ਚੋਂ। ਬਾਕੀ ਕੰਮ ਬਾਅਦ ਵਾਲਾ ਕਿਹੜਾ ਜ਼ਰੂਰੀ ਹੈ? ਪਹਿਲਾ ਧਰਮ ਕਿਸਾਨੀ, ਪਹਿਲਾ ਕੰਮ ਧਰਮ ਕਿਸਾਨੀ। ਇਹਨੂੰ ਬਹੁਤ ਦੱਸਦਾ, ਇਹਨੂੰ ਗਧੇ ਜਿਹਾ ਸਮਝ ਲਾ ਗਈ ਮੋਟਰ ਦਿਮਾਗ ਦੇ ਨੂੰ। ਹਾਂ ਬਾਈ ਨੇ ਨਾ ਇੱਥੇ ਉਹ ਦੂਜੀ ਇਲੈਕਟ੍ਰਿਕ ਵਾਲੀ ਤਾਰ ਲਾਈ, ਮੈਂ ਤੇਰੇ ਦੰਦ ਫਸਾ ਦੇਣੇ ਉਹਦੇ ਨਾਲ। ਮੇਰਾ ਕੋਈ ਨਹੀਂ, ਚੱਟੇ ਲੱਗਦਾ ਮੜਾ ਯਾਰ। ਕੋਈ ਨਹੀਂ, ਤੈਨੂੰ ਲਵਾ ਲਵਾ ਜਦ ਦੰਦਾ ਹੀ ਫਸ ਗਈ ਤੇ ਵੇਖੀ। ਓਏ ਇਹਦੇ ਤੇ ਚੱਲ ਫਸਣੀ ਨਹੀਂ, ਜਿਵੇਂ ਮੰਨ ਕੇ ਚੱਲ ਜੋਧੇ ਵਿਰਲਾ ਤੇ ਉਹਦੇ ਫਸ ਗਈ ਫੇਰ। ਵੀ ਕਿੱਦਾਂ ਦਾ ਫੀਲ ਹੋ ਰਿਹਾ? ਆਪਣੇ ਦੁਬਾਰਾ ਬੀਜੀ ਗਈ ਮੱਕੀ, ਵੇਚ ਸਕਦੇ ਸਾਰੇ ਨਿਕਲਾਈ ਬਾਹਰ। ਲਸਣ ਸਰੋਵਰ ਲੱਗ ਗਿਆ ਸੀ, ਲਸਣ ਸਰੋਵਰ ਘਿਆ ਨੇ ਠੇਕਾ ਲਿਆ ਸੀ, ਇਹਨਾਂ ਨੇ ਲਾਇਆ ਸੀ। ਆਪਾਂ ਕੇਕੀ ਮੱਕੀ ਦਾ ਹੀ ਠੇਕਾ ਲਿਆ ਸੀ ਸਾਰੇ। ਉਹ ਸੜਕ ਤਾਂ ਆਪਾਂ ਹੀ ਬੀਜੀ ਸੀ। ਵਾਹ ਜੀ, ਇੱਧਰ ਆ। ਓ ਪਰੇ ਤਾਂ ਐਂਡ ਤਾਂ ਹੀ ਆ, ਸੋਹਣੀ ਹੋ ਗਈ ਮੱਕੀ ਤਾਂ। ਵਾਹ, ਮੱਕੀ ਬਹੁਤ ਸੋਹਣੀ ਹੋ ਗਈ, ਬਹੁਤ ਵੱਡਾ ਦੀ ਮਸ਼ੀਨ। ਅੱਜ ਵੀ ਵੱਧ ਪਾਇਆ ਸੀ, ਉਹ ਵੇਖਣਾ ਕਿੰਨਾ ਫਰਕ ਹੁੰਦਾ। ਹਾਂਜੀ ਗਾਇਜ਼, ਤੁਸੀਂ ਦੇਖ ਲਿਓ ਸਟੋਰੀ ਗਾਇਜ਼। ਬਾਕੀ ਗਾਇਜ਼, ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।